맞다. 말 쫓겨. ਕਾਲਜ ਦੀਆਂ ਹੀ ਮੁੰਡੇ ਕੁੜੀਆਂ ਆਉਂਦੇ ਨੇ ਟੱਪਰਾਂ ਦੇ ਵਿੱਚ ਕਾਫੀ ਆਉਂਦੇ ਨੇ ਆਉਂਦੇ ਨੇ ਉਰੇ ਗੱਡੀ ਲਾ ਲੈਣਗੇ ਆਪਾਂ ਨਸ਼ਾ ਕਰਨਗੇ ਫਿਰ ਚਲੇ ਜਾਂਦੇ ਨੇ ਟਾਈਮ ਹੈ ਜਿਹੜਾ ਹਾਂ ਸ਼ਾਮ ਜੋਰ ਸ਼ੋਰ ਨਾਲ ਨਸ਼ਾ ਜਿਹੜਾ ਚੱਲਦਾ ਸ਼ਾਮ ਦੇ ਟਾਈਮ ਹੁੰਦਾ ਕਈ ਵਾਰ ਪੁਲਿਸ ਵੀ ਜਿਹੜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਗੱਲ ਪੰਜਾਬ ਦੀ ਅਤੇ ਮੈਂ ਹਾਂ ਰਣਦੀਪ ਸਿੰਘ ਅੱਜ ਤੁਹਾਨੂੰ ਅਸੀਂ ਇੱਕ ਪਟਿਆਲਾ ਸ਼ਹਿਰ ਜਿਹਨੂੰ ਕਿ 12 ਖੂਹਾਂ ਜੋ ਤੁਸੀਂ ਬਿਲਡਿੰਗ ਪਿੱਛੇ ਦੇਖ ਰਹੇ ਹੋ ਕਿਸੇ ਟਾਈਮ ਇੱਥੇ ਰਾਜੇ ਮਹਾਰਾਜਿਆਂ ਵਾਸਤੇ ਬਿਜਲੀ ਪੈਦਾ ਕੀਤੀ ਜਾਂਦੀ ਸੀ ਜੋ ਕਿ ਅੱਜ ਦੀ ਤਰੀਕ ਵਿੱਚ ਇਹ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਅੰਦਰ ਦੇ ਹਾਲਾਤ ਆਹ ਦੇਖੋ ਤੁਸੀਂ ਬਿਲਡਿੰਗ ਕਿਸ ਤਰ੍ਹਾਂ ਸਿਗਰਟਾਂ ਡੱਬੀਆਂ ਅਤੇ ਜਲੇ ਹੋਏ ਕਾਗਜ਼ ਅਕਸਰ ਕੀ ਹੁੰਦਾ ਹੈ ਜਦੋਂ ਪੁਰਾਣੀਆਂ ਇਮਾਰਤਾਂ ਹੋ ਜਾਂਦੀਆਂ ਨੇ ਤਾਂ ਨਸ਼ੇੜੀ ਇਸ ਦਾ ਸਹਾਰਾ ਲੈਣ ਲੱਗ ਜਾਂਦੇ ਨੇ ਪਟਿਆਲਾ ਵਿੱਚ ਕਈ ਇਸ ਤਰ੍ਹਾਂ ਦੀਆਂ ਇਮਾਰਤਾਂ ਬੰਦ ਪਈਆਂ ਨੇ ਜੋ ਕਿ ਬਿਲਕੁਲ ਹੀ ਖੰਡਰ ਹੋ ਚੁੱਕੀਆਂ ਨੇ ਜਦੋਂ ਅਸੀਂ ਅੰਦਰ ਆ ਰਹੇ ਸੀ ਤਾਂ ਕੁਝ ਲੋਕ ਸਾਨੂੰ ਦੇਖ ਕੇ ਭੱਜਣ 'ਚ ਵੀ ਸਫਲ ਹੋ ਗਏ ਦਿਖਾਇਆ ਜਾਵੇ ਦੇਖੋ ਕਿਸ ਤਰ੍ਹਾਂ ਸਿਲਵਰ ਪੇਪਰ ਮਾਚਸ ਦੀਆਂ ਡੱਬੀਆਂ ਕੋਲਡ ਡਰਿੰਕ ਆਓ ਤੁਹਾਨੂੰ ਮਿਲਾਉਂਦੇ ਹਾਂ ਇੱਥੇ ਦੇ ਲੋਕਾਂ ਨਾਲ ਜੋ ਕਿ ਤੁਹਾਨੂੰ ਇੱਥੇ ਦੇ ਹਾਲਾਤ ਦੇ ਬਾਰੇ ਚਾਨਣ ਪਾਉਣਗੇ ਮੇਰਾ ਨਾਮ ਗੁਰਮੇਲ ਹੈ ਜੀ ਅੱਛਾ ਜਿਹੜੀ ਇਹ ਬਿਲਡਿੰਗ ਹੈ ਹਾਂਜੀ ਇੱਥੇ ਕੀ ਹੁੰਦਾ ਤੁਸੀਂ ਮਾੜਾ ਜਿਹਾ ਸਾਨੂੰ ਦੱਸ ਪਾਓਗੇ ਤਕਰੀਬਨ ਅਸੀਂ ਸਾਰਾ ਦਿਨ ਦੇਖਦੇ ਹਾਂ ਇੱਥੇ ਮੁੰਡੇ ਆਉਂਦੇ ਨੇ ਆਪਣਾ ਨਸ਼ੇ ਨੁਸ਼ੇ ਕਰਦੇ ਨੇ ਸ਼ਾਮ ਨੂੰ ਚਲੇ ਜਾਂਦੇ ਨੇ ਗੱਡੀਆਂ ਵੀ ਆਉਂਦੀਆਂ ਨੇ ਇੱਥੇ ਬਕਾਇਦਾ ਉਹ ਸਮਾਨ ਸਮੂਨ ਦੇ ਕੇ ਲੰਘ ਜਾਂਦੀਆਂ ਨੇ ਨਹੀਂ ਗੱਡੀਆਂ ਉਹਦੇ ਸਮਾਨ ਵਾਲੇ ਵੇਚਦੇ ਵੀ ਨੇ ਆਉਂਦੇ ਨੇ ਵਿੱਚੋਂ ਲੈ ਕੇ ਮੁੰਡੇ ਨਿਕਲ ਜਾਣਗੇ ਦੇ ਕੇ ਬਸ ਉਹ ਨਹੀਂ ਖੜਦੇ ਇੱਥੇ ਜ਼ਿਆਦਾਤਰ ਠੀਕ ਹੈ ਹਾਂਜੀ ਅਤੇ ਪੁਲਿਸ ਨੂੰ ਕਦੀ ਕੋਈ ਇਤਲਾਹ ਕਰੀ ਤੁਸੀਂ ਕਦੀ ਪੁਲਿਸ ਨੂੰ ਕਈ ਵਾਰੀ ਆਈ ਆ ਪੁਲਿਸ ਇੱਥੇ ਤੋਂ ਚੱਕ ਕੇ ਲੈ ਜਾਂਦੀ ਆ ਫਿਰ ਛੁੱਟੇ ਆਉਂਦੇ ਨੇ ਥਾਪਰ ਕਾਲਜ ਦੀਆਂ ਹੀ ਮੁੰਡੇ ਕੁੜੀਆਂ ਥਾਪਰ ਦੇ ਆਉਂਦੇ ਨੇ ਥਾਪਰ ਵਾਲੇ ਵਿੱਚ ਕਾਫੀ ਆਉਂਦੇ ਨੇ ਆਉਂਦੇ ਨੇ ਉਰੇ ਗੱਡੀ ਲਾ ਲੈਣਗੇ ਆਪਣਾ ਨਸ਼ਾ ਕਰਨਗੇ ਫਿਰ ਚਲੇ ਜਾਂਦੇ ਨੇ ਸ਼ਾਮ ਦੇ ਟਾਈਮ ਹੈ ਜਿਹੜਾ ਹਾਂ ਸ਼ਾਮ ਨਾਲ ਜੋਰ ਸ਼ੋਰ ਨਾਲ ਨਸ਼ਾ ਜਿਹੜਾ ਚੱਲਦਾ ਸ਼ਾਮ ਦੇ ਟਾਈਮ ਹੁੰਦਾ ਕਈ ਵਾਰ ਪੁਲਿਸ ਵੀ ਜਿਹੜੀ ਹੈ ਹਾਂਜੀ ਹਾਂ ਪੁਲਿਸ ਆਈ ਆ ਇੱਕ ਦੋ ਵਾਰ ਰੇਡ ਪਈ ਆ ਚੱਕ ਕੇ ਲੈ ਕੇ ਗਏ ਨੇ ਜੀ ਉਹਨਾਂ ਨੂੰ ਠੀਕ ਹੈ ਮਤਲਬ ਫਿਰ ਉੱਤਾਂ ਹੀ ਹੈ ਜਿਹੜਾ ਫਿਰ ਛੁੱਟ ਜਾਂਦੇ ਨੇ ਛੁੱਟ ਜਾਂਦੇ ਨੇ ਚਲੋ ਪ੍ਰਸ਼ਾਸਨ ਨੂੰ ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹਨਾਂ ਵੱਲ ਗੌਰ ਕੀਤਾ ਜਾਵੇ ਅਤੇ ਡੁੱਬਦੇ ਜਿਹੜੇ ਜਵਾਨੀ ਆ ਉਹਨੂੰ ਬਚਾਇਆ ਜਾ ਸਕੇ ਕੈਮਰਾਮੈਨ ਅੰਮ੍ਰਿਤ ਭਿੰਡਰ ਦੇ ਨਾਲ ਮੈਂ ਰਣਦੀਪ ਸਿੰਘ ਪਟਿਆਲਾ